ਜਿਸ ਸਰਹੰਦ ਵਿੱਚ ਪਾਪ ਹੁੰਦਾ ਸੀ, ਜਿਸ ਸਰਹੰਦ ਦਾ ਕਦੀ ਵਜ਼ੀਰ ਖਾਂ ਸੂਬੇਦਾਰ ਸੀ, ਅੱਜ ਉੱਥੋਂ ਦਾ ਸੂਬੇਦਾਰ ਗਵਰਨਰ ਸਰਦਾਰ ਬਾਜ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲਾਇਆ ਗਿਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਸਟਾਂ ਮੰਗਾਈਆਂ, ਮੈਨੂੰ ਲਿਸਟਾਂ ਦਿਓ ਆਪਣੇ ਅਫਸਰਾਂ ਕੋਲੋਂ ਕਿ ਜਿਨ੍ਹਾਂ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਇੱਕ ਘੜੀ ਲਈ ਵੀ ਅੱਖਾਂ ਦੀਆਂ ਪਲਕਾਂ 'ਤੇ ਬਿਠਾਇਆ, ਮੈਨੂੰ ਉਹਨਾਂ ਦੇ ਨਾਮ ਵੀ ਚਾਹੀਦੇ ਆ, ਅਤੇ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਮੈਨੂੰ ਉਹਨਾਂ ਦੇ ਨਾਮ ਵੀ ਚਾਹੀਦੇ ਨੇ, ਜਿਨ੍ਹਾਂ ਨੇ ਬੇਈਮਾਨੀਆਂ ਕੀਤੀਆਂ ਉਹਨਾਂ ਨੂੰ ਵੀ ਲੱਭ ਲੱਭ ਕੇ ਸਜਾਵਾਂ ਦਿੱਤੀਆਂ। ਅਤੇ ਜਦੋਂ ਸੇਵਾ ਕਰਨ ਵਾਲਿਆਂ ਦਾ ਨਾਂ ਆਇਆ, ਜਦੋਂ ਪਹਿਲੀ ਰਾਤ ਬਾਬਾ ਕੁੰਮਾ ਜੀ ਦਾ ਨਾਮ ਆਇਆ, ਅਤੇ ਬਾਬਾ ਜੀ ਕਹਿਣ ਲੱਗੇ, ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ, ਚਲੋ ਅੱਜ ਉਹਨਾਂ ਦੇ ਪਿੰਡ ਜਾ ਕੇ ਦੀਵਾਨ ਉੱਥੇ ਸਭਾ ਸੱਜੇਗੀ। ਅੱਜ ਅਵਾਨਕੋਟ ਦੇ ਵਿੱਚ ਸਭਾ ਸੱਜੀ, ਭਰੀ ਸਭਾ ਦੇ ਵਿੱਚ ਸਭ ਤੋਂ ਉੱਚੇ ਥਾਂ 'ਤੇ ਜਿੱਥੇ ਸਿੱਖ ਕੌਮ ਦਾ ਬਾਦਸ਼ਾਹ ਬੈਠਾ ਹੋਵੇ, ਉਹਦੇ ਬਰਾਬਰ ਅੱਜ ਕਿਸੇ ਨੂੰ ਜਗ੍ਹਾ ਦਿੱਤੀ ਗਈ, ਅਤੇ ਉਹ ਕੌਣ ਸੀ? ਕੁੰਮਾ ਮਾਸੀ ਜੀ ਨੂੰ ਸਤਿਕਾਰ ਨਾਲ ਬਾਬਾ ਕੁੰਮਾ ਜੀ ਕਹਿੰਦੇ ਹਾਂ ਅਸੀਂ। ਅਤੇ ਮਾਤਾ ਲਕਸ਼ਮੀ ਨੂੰ ਉੱਚੇ ਥਾਂ 'ਤੇ ਬਿਠਾ ਕੇ ਬੰਦਾ ਸਿੰਘ ਬਹਾਦਰ ਨੇ ਆਪਣਾ ਸਿਰ ਮਾਤਾ ਲਕਸ਼ਮੀ ਦੇ ਪੈਰਾਂ 'ਤੇ ਰੱਖ ਕੇ ਇੱਕ ਲਫ਼ਜ਼ ਕਿਹਾ, ਮਾਂ ਤੂੰ ਧੰਨ ਹੈ, ਤੂੰ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਨੂੰ ਪਹਿਲੀ ਰਾਤ ਆਪਣੇ ਘਰ ਤੋਂ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ, ਮਾਂ ਤੇਰਾ ਅਸੀਂ ਦੇਣ ਨਹੀਂ ਦੇ ਸਕਦੇ। ਸੇ ਕੌਮ ਦਾ ਬਾਦਸ਼ਾਹ ਹੋਵੇ ਅਤੇ ਮਾਤਾ ਲਕਸ਼ਮੀ ਦੇ ਚਰਨਾਂ 'ਤੇ ਸੀਸ ਰੱਖ ਕੇ ਕਵੇ, ਮਾਂ ਤੇਰੇ ਚਰਨਾਂ 'ਚ ਸਾਡਾ ਸੀਹ ਝੁਕਦਾ, ਤੂੰ ਪਹਿਲੀ ਰਾਤ ਆਪਣੇ ਘਰੋਂ ਪ੍ਰਸ਼ਾਦਾ ਤਿਆਰ ਕਰਕੇ ਲਿਆਈ, ਮਾਂ ਮੰਗ, ਕੀ ਮੰਗ ਹੈ ਤੇਰੀ? ਅਤੇ ਮਾਤਾ ਲਕਸ਼ਮੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ 'ਤੇ ਹੱਥ ਰੱਖ ਕੇ ਗੱਲ ਕੀ, ਕਹਿੰਦੀ ਬੇਟਾ ਜੇ ਦੇਣਾ ਹੈ ਤਾਂ ਕੰਮ ਕਰ, ਜਿਨ੍ਹਾਂ ਨੇ ਸਾਹਿਬਜ਼ਾਦੇ ਨੂੰ ਤਸੀਹੇ ਦਿੱਤੇ ਛੱਡੀ ਨਾ ਕੋਈ, ਇਹਨਾਂ ਗੁਨਾਹ ਕੀਤਾ, ਇਹਨਾਂ ਪਾਪ ਕੀਤਾ। ਮਾਤਾ ਲਕਸ਼ਮੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਦੱਸ ਸਰਕਾਰੀ ਖਜ਼ਾਨੇ 'ਚੋਂ ਕੀ ਚਾਹੀਦਾ? ਇਹ ਲੰਗਰ ਬੰਦ ਨਹੀਂ ਹੋਣਾ ਚਾਹੀਦਾ, ਇਹ ਲੰਗਰ ਜਿਹੜਾ ਤੂੰ ਸਾਹਿਬਜ਼ਾਦੇ ਨੂੰ ਛਕਾ ਕੇ ਸ਼ੁਰੂਆਤ ਕੀਤੀ, ਅੱਜ ਵੀ ਮਾਤਾ ਲਕਸ਼ਮੀ ਦੇ ਨਾਂ 'ਤੇ ਉਹ ਲੰਗਰ ਚੱਲਦਾ ਹੈ। ਕਿੰਨੀ ਦੇਰ ਤੱਕ ਸੇਵਾ ਕਰਦੇ ਰਹੇ, ਜਦੋਂ ਨਿਗਾਹ ਪਈ ਬਾਬਾ ਕੁੰਮਾ ਜੀ ਵੱਲ, ਅਤੇ ਮਾਤਾ ਜੀ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਕੁੰਮਾ ਜੀ ਨੂੰ ਬੜੇ ਪਿਆਰ ਨਾਲ ਗਲ ਵਕੜੀ 'ਚ ਲੈਂਦੇ ਨੇ। ਉੱਥੇ ਹੀ ਖੰਡੇ ਦੀ ਪੌਲ ਤਿਆਰ ਕੀਤੀ ਗਈ, ਦੋਵੇਂ ਹੱਥ ਜੁੜ ਕੇ ਬਾਬਾ ਕੁੰਮਾ ਜੀ ਦੇ, ਆ ਗਿਆ ਹੋਵੇ ਜੀ ਤਾਂ ਮੈਂ ਵੀ ਖੰਡੇ ਦੀ ਪੌਲ ਲੈ ਸਕਦਾ। ਖੰਡੇ ਦੀ ਪੌਲ ਛਕਾ ਕੇ ਉਹਨੂੰ ਸਰਦਾਰ ਕਰਮ ਸਿੰਘ ਬਣਾਇਆ ਗਿਆ। ਫਰਕ ਵੇਖਿਓ ਜੀ, ਉੱਥੇ ਜ਼ੁਲਮ ਦਾ ਸਤਾਇਆ ਮੁਸਲਮਾਨ ਬਣਾਇਆ ਗਿਆ ਸੀ, ਇੱਥੇ ਇਸ਼ਕ ਪਿਆਰ ਦੇ ਨਾਲ ਸਿੱਖ ਬਣਿਆ। ਆ ਹੈ ਸਿੱਖੀ ਸਦਕ। ਜਿਹੜੇ ਲੋਕ ਅੱਜ ਕੋਈ ਕਹਿੰਦੇ ਜਿੱਥੋਂ ਗੋਡਿਆਂ ਦਾ ਆਪਰੇਸ਼ਨ ਫਰੀ ਹੁੰਦਾ ਜੀ, ਸਾਡੇ ਬੱਚਿਆਂ ਦੀਆਂ ਫੀਸਾਂ ਉਹਨਾਂ ਨੇ ਤਾਰ ਦਿੱਤੀਆਂ, ਅਸੀਂ ਤਾਂ ਕਰਕੇ ਦੂਜੇ ਧਰਮ ਵਿੱਚ ਚਲੇ ਗਏ ਹਾਂ, ਕੌਣ ਲੋਕ ਨੇ? ਇੱਥੇ ਪਿਆਰ ਦੀਆਂ ਖੇਡਾਂ ਨੇ, ਨਾ ਕਿਸੇ ਨੇ ਮਾਤਾ ਲਕਸ਼ਮੀ ਨੂੰ ਕਿਹਾ, ਨਾ ਬਾਬੇ ਕੁੰਮੇ ਨੂੰ ਕਿਸੇ ਨੇ ਕਿਹਾ, ਬਾਬੇ ਕੁੰਮੇ ਨੂੰ ਖੰਡੇ ਦੀ ਪੌਲ ਛਕਾਈ ਗਈ। ਸਰਦਾਰ ਕਰਮ ਸਿੰਘ, ਲੋਕ ਕੁੰਮਾ ਕੁੰਮਾ ਮਾਸੀ ਮਾਸੀ ਕਹਿ ਕੇ ਬੁਲਾਉਂਦੇ ਸੀ, ਜਦੋਂ ਸਿੱਖ ਬੁਲਾਉਂਦੇ ਸੀ ਕਹਿੰਦੇ ਸਰਦਾਰ ਕਰਮ ਸਿੰਘ, ਸਿਰ ਝੁਕਦਾ ਸਰਦਾਰ ਕਰਮ ਸਿੰਘ ਸਾਡੇ ਤੇਰੇ ਚਰਨਾਂ 'ਚ, ਕਿ ਤੂੰ ਪਹਿਲੀ ਰਾਤ ਅਨੰਦਪੁਰ ਸਾਹਿਬ ਤੋਂ ਨਿਕਲਦਿਆਂ ਆਪਣੀ ਸ਼ਾਨ ਵਿੱਚ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਜਗ੍ਹਾ ਦਿੱਤੀ। ਉਹ ਸ਼ਾਨ ਸ਼ਾਨਾ ਰਹੀ, ਉਹ ਇਤਿਹਾਸਕ ਸਥਾਨ ਬਣ ਗਏ। ਆਓ ਗੁਰੂ ਕੇ ਪਿਆਰਿਓ, ਅਸੀਂ ਉਹਨਾਂ ਯੋਧਿਆਂ ਦਾ ਦੇਣਾ ਨਹੀਂ ਦੇ ਸਕਦੇ।